ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋਨਿਹਾਲ। ਖੇਡਾਂ ਸੁਪਨਿਆਂ ਦੇ ਘਰ ਦੀਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖੇਡਾਂ ਸੁਪਨਿਆਂ ਦੇ ਘਰ ਦੀਆਂ ਹੁਣ ਜਾ ਰਹੀਆਂ ਜੀ, ਕੱਲ ਨੂੰ ਸ਼ਾਮ ਨੂੰ 4 ਵਜੇ 21 ਅਪ੍ਰੈਲ ਦਿਨ ਐਤਵਾਰ, ਕੱਲ ਨੂੰ ਸ਼ਾਮ ਨੂੰ ਤੁਸੀਂ ਸਾਰੇ ਭੈਣ ਭਰਾ, ਸਾਡੀ ਬੇਨਤੀ ਆ ਹੱਥ ਜੋੜ ਕੇ, ਅਸੀਂ ਇੱਥੇ ਟੈਂਟ ਲਾਇਆ ਜੀ, ਬੱਚਿਆਂ ਦੀ ਤਿਆਰੀ ਹੋ ਰਹੀ ਆ, ਗਰਾਊਂਡ ਦੇ ਵਿੱਚੋਂ ਆਏ ਨੇ ਬੱਚੇ, ਹੁਣ ਪੂਰਾ ਪਸੀਨਾ ਬਹਾ ਰਹੇ ਨੇ। ਇਹਨਾਂ ਦੇ ਕੋਚ ਸਰ ਨੇ ਗੁਰਚਰਨ ਸਿੰਘ ਜੀ, ਇੰਜੀਨੀਅਰ ਬਾਘਾ ਸਿੰਘ ਜੀ ਤੇ ਪ੍ਰੇਮ ਸਿੰਘ ਜੀ, ਜਿਹੜੇ ਰੇਲਵੇ ਦੇ ਕੋਚ ਨੇ, ਇੰਟਰਨੈਸ਼ਨਲ ਕੋਚ ਨੇ, ਉਹ ਇਹਨਾਂ ਬੱਚਿਆਂ ਨੂੰ ਐਥਲੈਟਿਕਸ ਦੀ ਟ੍ਰੇਨਿੰਗ ਕਰਾ ਰਹੇ ਨੇ। ਟ੍ਰੇਨਿੰਗ ਤਾਂ ਪਿਛਲੇ 3 ਸਾਲਾਂ ਤੋਂ ਬੱਚੇ ਲਗਾਤਾਰ ਕਰਦੇ ਆ ਰਹੇ ਨੇ, ਗੇਮਾਂ 'ਚ ਵੀ ਪਾਰਟੀਸਪੇਟ ਕਰਦੇ ਨੇ, ਮੈਡਲ ਵੀ ਜਿੱਤਦੇ ਨੇ, ਇਸ ਵਾਰ ਵੀ ਸਕੂਲੋਂ ਮੈਡਲ ਜਿੱਤ ਕੇ ਲੈ ਕੇ ਆਏ ਨੇ ਸਕੂਲ ਲੈਵਲ ਦੀਆਂ ਗੇਮਾਂ ਦੇ ਵਿੱਚ। ਲੁਧਿਆਣੇ ਸਾਡੇ ਮੈਰਾਥਨ ਕਰਾਈ ਅਲੱਗ ਅਲੱਗ ਪ੍ਰਾਈਵੇਟ ਸੰਸਥਾਵਾਂ ਨੇ, ਉਹਦੇ ਵਿੱਚ ਸਾਡੇ ਬੱਚਿਆਂ ਨੇ ਪਾਰਟੀਸਪੇਟ ਕੀਤਾ, ਉਹਦੇ ਵਿੱਚ ਵੀ ਪਹਿਲੇ ਨੰਬਰ ਚੁੱਕੇ ਆ। ਤੇ ਐਕਟਿੰਗ ਪਹਿਲੀ ਵਾਰ ਅਸੀਂ ਸੁਪਨਿਆਂ ਦੇ ਘਰ ਦੀਆਂ ਖੇਡਾਂ ਥੋੜੀਆਂ ਇਸ ਪੱਧਰ ਤੇ ਕਰਾਉਣ ਲੱਗਿਆ ਜੀ, ਜਿਵੇਂ ਟੈਂਟ ਵਗੈਰਾ ਤੁਸੀਂ ਲੱਗਿਆ ਦੇਖ ਰਹੇ ਹੋ। 65 ਈਵੈਂਟ ਹੋਣੇ ਆ ਜੀ ਅਲੱਗ ਅਲੱਗ ਤਰ੍ਹਾਂ ਦੇ। ਪਿਛਲੇ ਸਾਲ ਵੀ ਗੇਮਾਂ ਕਰਾਈਆਂ ਸੀ, ਪਰ ਪਿਛਲੇ ਸਾਲ ਛੋਟੇ ਪੱਧਰ ਦੀਆਂ ਸੀ ਗੇਮਾਂ, ਇਸ ਵਾਰ ਅਸੀਂ ਬੱਚੇ ਬਾਹਰੀ ਬੱਚੇ ਵੀ ਪਾਰਟੀਸਪੇਟ ਕਰਾ ਰਹੇ ਹਾਂ, ਜਿਵੇਂ ਸਾਡੇ ਪਿੰਡ ਦੇ ਸਕੂਲ ਦੇ ਬੱਚੇ ਨੇ ਜਿਹੜੇ 7ਵੀਂ 8ਵੀਂ 9ਵੀਂ 10ਵੀਂ 11ਵੀਂ ਦੇ ਵਿਦਿਆਰਥੀ ਆ, ਛੋਟੇ ਬੱਚੇ ਵੀ ਆ 3ਜੀ 4ਵੀਂ 5ਵੀਂ ਵਾਲੇ, ਤੇ ਇਹਨਾਂ ਨੂੰ ਸਾਰੇ ਬੱਚੇ ਅੱਗੇ ਆ ਜਾਓ ਪੁੱਤ, ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਦਵਾ ਰਹੇ ਨੇ ਜਿਹੜੇ ਉਹ ਇੰਜੀਨੀਅਰ ਬਾਘਾ ਜੀ ਨੇ ਸਾਡੇ, ਜਿਹੜੇ ਨਿਸਵਾਰਥ ਸੇਵਾ ਕਰ ਰਹੇ ਨੇ ਬੱਚਿਆਂ ਨੂੰ, ਕੀ ਖਾਣਾ, ਕਿਹੜੀ ਡਾਈਟ ਲੈਣੀ ਹੈ ਇਹਨਾਂ ਨੇ ਸਵੇਰੇ, ਜਿਵੇਂ ਇਹਨਾਂ ਨੂੰ ਨਿਊਟ੍ਰੀਸ਼ਨ ਵੈਲਿਊ ਵਾਸਤੇ, ਪ੍ਰੋਟੀਨ ਵਾਸਤੇ ਕੋਧਰਾ, ਕੁਟਕੀ, ਕੰਗਣੀ, ਇੱਦਾਂ ਦੇ ਜਿਹੜੇ ਮਿਲਟਸ ਨੇ ਉਹਨਾਂ ਦੀ ਦਲੀਏ ਬਣਾ ਕੇ, ਫਿਰ ਜਿਵੇਂ ਸਾਡੇ ਦਵਿੰਦਰ ਕੌਰ ਖੁਰਾਣਾ ਮਾਤਾ ਜੀ ਨੇ, ਉਹ ਆਪਣੇ ਆਪ 'ਚ ਇੱਕ ਇੰਸਟੀਚਿਊਟ ਨੇ, ਵੈਦ ਨੇ, ਉਹ ਬੱਚਿਆਂ ਨੂੰ ਸਰਦੀਆਂ 'ਚ ਵੀ ਜਿਵੇਂ ਚਮਨ ਪਲਾਸ ਬਣਾ ਕੇ ਦੇ ਕੇ ਗਏ ਐਕਟੀ, ਹੁਣ ਗਰਮੀਆਂ ਵਾਲਾ ਚਮਨ ਪਲਾਸ ਤਿਆਰ ਕਰਕੇ ਦੇ ਗਏ ਨੇ, ਉਹ ਖਾ ਰਹੇ ਨੇ ਬੱਚੇ। ਤੇ ਨਾਲ ਨਾਲ ਸਾਡੇ 24 ਘੰਟੇ ਦੇ ਕੋਚ, ਅਸੀਂ ਕਹਾਂਗੇ ਇਹਨਾਂ ਬੱਚਿਆਂ ਦੇ ਬਾਪ ਦਾ ਕਿਰਦਾਰ ਨਿਭਾ ਰਹੇ ਨੇ ਗੁਰਚਰਨ ਸਿੰਘ ਜੀ, ਆਏ ਤਾਂ ਪਿਛਲੇ 2.5-3 ਮਹੀਨਿਆਂ ਤੋਂ ਹੀ ਨੇ, ਪਰ ਇਹਨਾਂ ਨੇ 3-4 ਮਹੀਨਿਆਂ ਦੇ ਵਿੱਚ ਬੱਚਿਆਂ ਨੂੰ ਇਸ ਤਰੀਕੇ ਨਾਲ ਸਪੋਰਟ ਕੀਤੀ ਹੈ, ਬੱਚਿਆਂ ਦੇ ਨਾਲ ਉੱਥੇ ਹੀ ਸੌਂਦੇ ਨੇ ਬੱਚਿਆਂ ਦੀ ਵਾਰਡ ਦੇ ਵਿੱਚ ਹੀ, ਤੇ ਨਾਲ ਬੱਚਿਆਂ ਨੂੰ ਕਿਵੇਂ ਖਾਣਾ ਪੀਣਾ, ਕਿਵੇਂ ਰਹਿਣਾ, ਕਿਵੇਂ ਸੌਣਾ, ਕਿੱਦਾਂ ਗੱਲ ਕਰਨੀ ਹੈ, ਕਿੱਦਾਂ ਸਟੱਡੀ ਦੇ ਵਿੱਚ ਟੀਚਰ ਨਾਲ ਸਾਰੇ ਤਰੀਕੇ ਨਾਲ ਗੁਰਚਰਨ ਸਿੰਘ ਜੀ ਇਹਨਾਂ ਦੀਆਂ ਬੱਚਿਆਂ ਦੀਆਂ ਡਿਊਟੀਆਂ ਨਿਭਾ ਰਹੇ ਨੇ। ਤੇ ਕੱਲ ਨੂੰ ਗੇਮਾਂ ਵਾ, ਸ਼ਾਮ ਨੂੰ 4 ਵਜੇ ਸ਼ੁਰੂ ਹੋਣੀਆਂ ਜੀ ਗੇਮਾਂ, ਇੱਥੇ ਸੁਪਨਿਆਂ ਦੇ ਘਰ ਦੀਆਂ ਖੇਡਾਂ। ਤੇ ਵੱਧ ਤੋਂ ਵੱਧ ਬੇਨਤੀ ਆ ਭੈਣਾਂ ਭਰਾਵਾਂ ਨੂੰ, ਆਪਣੇ ਬੱਚਿਆਂ ਨੂੰ ਲੈ ਕੇ ਪਰਿਵਾਰ ਸਮੇਤ ਪਹੁੰਚੋ ਇੱਥੇ ਕੱਲ ਨੂੰ ਆਪਣੇ ਸੁਪਨਿਆਂ ਦੇ ਘਰ ਵਿੱਚ। ਇਹਨਾਂ ਬੱਚਿਆਂ ਨੂੰ ਤੁਹਾਡੇ ਹੌਸਲੇ ਦੀ, ਤੁਹਾਡੀ ਸਪੋਰਟ ਦੀ, ਤੁਹਾਡੀ ਹੌਸਲਾ ਅਫਜਾਈ ਦੀ ਬਹੁਤ ਲੋੜ ਆ, ਕਿਉਂਕਿ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਆਪਾਂ ਕਿਤੇ ਪਾਰਟੀਸਪੇਟ ਕਰਾਉਂਦੇ ਹਾਂ, ਸਕੂਲ 'ਚ ਗੇਮਾਂ ਹੁੰਦੀਆਂ, ਆਪਾਂ ਕਿਵੇਂ ਆਪਣੇ ਬੱਚਿਆਂ ਨੂੰ ਚੀਅਰਸ ਕਰਦੇ ਹਾਂ ਜਾ ਕੇ, ਉਦਾਂ ਹੀ ਆਪਣੇ ਬੱਚੇ ਨੇ ਸਾਰੇ। ਇਹਨਾਂ ਬੱਚਿਆਂ ਨੂੰ ਵੀ ਆਪਾਂ ਇੰਨਾ ਕੁ ਮੋਟੀਵੇਟ ਕਰੀਏ ਵੀ ਇਹ ਵੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ, ਓਲੰਪਿਕ ਖੇਡ ਸਕਣ, ਇਹ ਬੱਚੇ ਵੀ ਮੈਡਲ ਜਿੱਤ ਸਕਣ।
ਜਿਵੇਂ ਸਤਨਾਮ ਵਰਗੇ ਇਹ ਬੱਚਾ ਜਿਵੇਂ ਜਸ਼ਨ ਨੇ, ਦੋਨੋਂ ਭਰਾ ਨੇ, ਬਹੁਤ ਹੀ ਵਧੀਆ ਪਲੇਅਰ ਨੇ, ਬਹੁਤ ਹੀ ਵਧੀਆ ਅਥਲੀਟ ਨੇ, ਰਨਰ ਨੇ। ਹਰਜਾਪ ਆ, ਇਹ ਵੀ ਬਹੁਤ ਵਧੀਆ ਅਥਲੀਟ ਆ। ਸੰਦੀਪ ਖੜਾ, ਕੁਨਾਲ ਆ, ਇਹਨਾਂ ਦੇ ਵਿੱਚ ਜਿਹੜੇ ਕੁਛ ਚੰਗੇ ਬੱਚੇ ਜਿਹੜੇ ਵਧੀਆ ਸਪੋਰਟਸ ਨੇ ਕਰਦੇ ਨੇ, ਜਿਵੇਂ ਗੋਲਡਨ ਬਹੁਤ ਅੱਛਾ ਵਾ ਬੱਚਾ ਸਾਡਾ, ਅਰਜੁਨ ਮੈਰਾਥਨ 4 ਕਿਲੋਮੀਟਰ ਦੀ ਮੈਰਾਥਨ ਆਪਣੇ ਕੋਚ ਸਾਹਿਬ ਦੇ ਨਾਲ, ਚਾਰ ਦੀ ਸੀ 25 ਕਿਲੋਮੀਟਰ ਦੀ ਮੈਰਾਥਨ, ਜਿੱਥੇ 25 ਕਿਲੋਮੀਟਰ ਬੰਦਾ ਸਕੂਟਰ ਤੇ ਜਾਂਦਾ, ਸਾਈਕਲ ਤੇ ਜਾਂਦਾ ਵੀ ਥੱਕ ਜਾਂਦਾ, ਤੇ ਭੱਜ ਕੇ ਇਹਨਾਂ ਨੇ ਮੈਰਾਥਨ ਕੰਪਲੀਟ ਕੀਤੀ ਸੀਗੀ। ਹਾਂ, ਸਾਡਾ ਛੋਟਾ ਜਿਹਾ ਰਾਜਕੁਮਾਰ ਵੀ, ਫਿਰ ਸਾਡੇ ਨਗਰ ਤੋਂ ਆਉਂਦੇ ਨੇ ਬੱਚੇ, ਫਿਰ ਸਾਡੇ ਸੰਸਥਾ ਦਿਲਪ੍ਰੀਤ ਆ, ਜੱਸੀ ਆ, ਆਕਾਸ਼ ਆ, ਅਨਮੋਲ ਆ। ਅੱਗੇ ਨੂੰ ਆ ਜਾਓ ਬੇਟਾ, ਤੇ ਪੌਲ ਅੱਗੇ ਆ ਤੂੰ ਵੀ। ਪੌਲ ਦੀਆਂ ਵੀ ਸਾਡੇ ਦੀਆਂ ਅਸੀਂ ਖੇਡਾਂ ਕਰਾ ਰਹੇ ਹਾਂ ਕੱਲ ਨੂੰ। ਪੌਲ ਸਾਡਾ ਚਾਹੇ ਦਿਖਾਈ ਨਹੀਂ ਦਿੰਦਾ, ਬੱਚਾ ਇਹ ਵੀ ਗੇਮਾਂ ਦੇ ਵਿੱਚ ਬਹੁਤ ਇੰਟਰਸਟ ਲੈਂਦਾ। ਯਾਨੀ ਕਿ ਫਿਰ ਸਾਡੀਆਂ ਧੀਆਂ ਵਾ, ਪਰਮਜੀਤ ਆ, ਤਾਨੀਆ, ਸਾਕਸ਼ੀ ਆ, ਕਵਿਤਾ, ਕਵਿਤਾ ਬਹੁਤ ਵਧੀਆ ਰਨਰ ਆ, ਤੇ ਫਿਰ ਸਾਡੀਆਂ ਛੋਟੀਆਂ ਸਹਿਬਜੋਤ, ਆਰਤੀ, ਪਾਰੋ, ਸਿਮਰਨ, ਮਤਲਬ ਹਰ ਲੈਵਲ ਤੇ ਸਾਡੇ ਬੱਚਿਆਂ ਨੇ। ਹੁਣ ਅਸੀਂ ਇੱਕ ਦਿਨ ਸ਼ੇਅਰ ਵੀ ਕਰਾਂਗੇ ਤੁਹਾਡੇ ਨਾਲ, ਸਾਡੇ ਬੱਚਿਆਂ ਨੇ ਸਕੂਲੋਂ ਜਿਹੜੇ ਮੈਡਲ ਜਿੱਤੇ ਨੇ, ਫਿਰ ਪੜ੍ਹਾਈ ਦੇ ਵਿੱਚ ਵੀ ਅੱਵਲ ਆਉਂਦੇ ਨੇ। ਕਵਿਤਾ ਪਹਿਲੇ ਨੰਬਰ ਤੇ ਆਈ ਆ, ਤਾਨੀਆ, ਸਾਕਸ਼ੀ, ਮਤਲਬ ਕਵਿਤਾ, ਫਿਰ ਅਰਜੁਨ, ਆਕਾਸ਼, ਮਤਲਬ ਇਹ ਬੱਚੇ ਆਪੋ ਆਪਣੇ ਕਲਾਸਾਂ ਚ ਪੁਜੀਸ਼ਨਾਂ ਲੈ ਕੇ ਪਾਸ ਹੋਏ ਨੇ। ਤੇ ਏਦਾਂ ਹੀ ਆਰਤੀ ਨੇ ਸਾਡੀ ਨੇ ਪੁਜੀਸ਼ਨ ਲਈ, ਸੱਚ ਮੈਂ ਭੁੱਲ ਹੀ ਗਿਆ, ਹਨਾ। ਤੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਇਹਨਾਂ ਬੱਚਿਆਂ ਦੇ ਲਈ, ਸਾਨੂੰ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ, ਇਹਨਾਂ ਦੇ ਮਾਂ ਬਾਪ ਬਣਨ ਦਾ ਫਰਜ਼ ਨਿਭਾ ਰਹੇ ਆ। ਅੱਗੋਂ ਇਹਨਾਂ ਵੀਰਾਂ ਦਾ, ਸਾਰਿਆਂ ਦਾ ਧੰਨਵਾਦ ਆ, ਉਹਨਾਂ ਭੈਣਾਂ ਭਰਾਵਾਂ ਦਾ ਧੰਨਵਾਦ ਆ, ਜਿਹੜੇ ਸਮੇਂ ਸਮੇਂ ਤੇ ਇਹਨਾਂ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ। ਤੇ ਕੱਲ ਦੀਆਂ ਜਿਹੜੀਆਂ ਸਾਡੀਆਂ ਖੇਡਾਂ ਵਾ, ਇਹਦੇ ਵਿੱਚ ਜ਼ਰੂਰ ਪਾਰਟੀਸਪੇਟ ਕਰੋ ਆ ਕੇ, ਤੁਹਾਡੇ ਹੌਸਲੇ ਦੀ ਬਹੁਤ ਲੋੜ ਆ। ਇੱਥੇ ਕੁਰਸੀਆਂ ਲਾ ਕੇ ਪ੍ਰੋਪਰ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਜੀ। ਇੱਥੇ ਕੁਛ ਚੰਗੇ ਪਲੇਅਰ ਨੇ ਜਿਹੜੇ ਇੰਟਰਨੈਸ਼ਨਲ, ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਕੱਲ ਨੂੰ। ਇੱਥੇ ਮਨੋਰੰਜਨ ਦਾ ਵੀ ਕੱਲ ਨੂੰ ਅਸੀਂ ਇੰਤਜ਼ਾਮ ਕਰ ਰਹੇ ਨੇ। ਬਲਾਈਂਡ ਨੇ ਬਾਈ ਜੀ, ਇੱਕ ਅੱਖਾਂ ਤੋਂ ਬਲਾਈਂਡ ਨੇ, ਬਹੁਤ ਹੀ ਵਧੀਆ ਗਾਉਂਦੇ ਵੀ ਨੇ, ਸਿੰਗਿੰਗ 'ਚ ਵੀ ਬਹੁਤ ਹੀ ਵਧੀਆ, ਕੀਰਤਨ ਵੀ ਕਰਦੇ ਨੇ। ਕੱਲ ਨੂੰ ਉਹਨਾਂ ਨੇ ਆ ਕੇ ਇੱਥੇ ਸਟੇਜ ਸੰਭਾਲਣੀ ਆ, ਆਪਣੇ ਸਾਰੇ ਬੱਚਿਆਂ ਨੂੰ, ਸਾਰੇ ਇੱਥੋਂ ਦੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਨੇ ਵੀ ਮੋਟੀਵੇਟ ਕਰਨਾ। ਫਿਰ ਸਾਈਕਲਿਸਟ ਨੇ ਮਿੱਤਲ ਜੀ, ਜਿਨ੍ਹਾਂ ਨੇ ਕੀ ਕੀਤਾ ਹੋਇਆ ਜੀ, ਉਹਨਾਂ ਨੇ 1500 ਕਿਲੋਮੀਟਰ ਸਾਈਕਲਿੰਗ ਕਰਕੇ ਆਏ ਨੇ, ਹੁਣ ਮਾਊਂਟ ਐਵਰੈਸਟ ਤੇ ਜਾਣਾ। ਅੱਗੇ ਉਹਨਾਂ 68 ਸਾਲ ਦੀ ਉਮਰ ਆ, ਉਹ ਵੀ ਬਹੁਤ ਵਧੀਆ ਸਿੰਗਰ ਵੀ ਨੇ ਤੇ ਨਾਲ ਦੀ ਨਾਲ ਸਪੋਰਟਸਮੈਨ ਤਾਂ ਹੈਗੇ ਆ, ਉਹਨਾਂ ਨੇ ਵੀ ਕੱਲ ਨੂੰ ਆਉਣਾ। ਯਾਨੀ ਕਿ ਸਾਡਾ ਹਮੇਸ਼ਾ ਇਹ ਹੁੰਦਾ ਵੀ ਕੁਛ ਬੱਚਿਆਂ ਨੂੰ ਮੋਟੀਵੇਟ ਕਰਨ ਲਈ, ਤੁਹਾਡੇ ਇਹਨਾਂ ਦਾ ਕੋਚ ਸਾਹਿਬ ਇਹਨਾਂ ਦਾ ਵੀ ਇਹੀ ਟੀਚਾ ਵਾ ਵੀ ਬੱਚੇ ਕਿਸੇ ਤਰੀਕੇ ਮੋਟੀਵੇਟ ਹੋ ਸਕਣ। ਜਿਵੇਂ ਸਾਡੇ ਇੱਥੇ ਪ੍ਰੇਮ ਸਿੰਘ ਜੀ ਨੇ ਜਿਹੜੇ ਕੋਚ ਨੇ ਬੱਚਿਆਂ ਦੇ, ਉਹ ਅਥਲੈਟਿਕਸ ਦੇ ਕੋਚ ਨੇ, ਆਪ ਵੀ ਬਹੁਤ ਤਕੜੇ ਅਥਲੀਟ ਨੇ, ਉਹਨਾਂ ਨੇ ਮੈਡਲ ਜਿੱਤੇ ਹੋਏ ਨੇ, ਇੰਟਰਨੈਸ਼ਨਲ ਪਲੇਅਰ ਵੀ ਨੇ, ਫਿਰ ਇੰਟਰਨੈਸ਼ਨਲ ਕੋਚ ਵੀ ਨੇ, ਰੇਲਵੇ ਦੇ ਵਿੱਚ ਜੌਬ ਕਰਦੇ ਨੇ। ਤੇ ਉਹਨਾਂ ਨੂੰ ਵੀ ਐਂ ਹੁੰਦਾ ਵੀ ਬੱਚਿਆਂ ਨੂੰ ਅਸੀਂ ਕੁਛ ਨਾ ਕੁਛ ਸਿਖਾਉਂਦੇ ਰਹੀਏ, ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਮੋਟੀਵੇਟ ਕਰਦੇ ਰਹੀਏ। ਤੇ ਹੋਰ ਵੀ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦਾ, ਜੇ ਕੋਈ ਭੈਣ ਭਰਾ ਆਉਣਾ ਚਾਹੁੰਦਾ ਇੱਥੇ, ਕੋਈ ਬੱਚਿਆਂ ਨੂੰ ਸਪੀਚ ਦੇ ਸਕਦੇ ਹੋ ਤੁਸੀਂ, ਕੋਈ ਹੋਰ ਲੈਸਨ ਦੇ ਸਕਦੇ ਹੋ, ਕੋਈ ਆਪਣੇ ਤਰੀਕੇ ਨਾਲ ਕੁਛ ਬੱਚਿਆਂ ਨੂੰ, ਸਾਡਿਆਂ ਨੂੰ ਕੋਈ ਮੋਟੀਵੇਟ ਕਰ ਸਕਦੇ ਹੋ, ਉਹ ਵੀ ਸਾਨੂੰ ਜ਼ਰੂਰ ਆ ਕੇ ਦੱਸੋ, ਸਾਨੂੰ ਮਿਲੋ, ਸਾਨੂੰ ਫੋਨ ਕਰਕੇ ਸਾਡੇ ਨੰਬਰਾਂ ਤੇ ਤੁਸੀਂ ਸਾਨੂੰ ਗਾਈਡ ਕਰ ਸਕਦੇ ਹੋ। ਤੇ ਕੱਲ ਨੂੰ ਗੇਮਾਂ ਜਿਹੜੀਆਂ ਹੋ ਰਹੀਆਂ, 65 ਤਰ੍ਹਾਂ ਦੇ ਇਵੈਂਟ ਆ, ਇਹ ਟਰੈਕ ਆ ਸਾਹਮਣੇ ਬਣਾਇਆ ਜੀ ਅਸੀਂ,
ਇਹ ਟਰੈਕ ਦੇ ਉੱਤੇ ਜ਼ਿਆਦਾਤਰ ਰੇਸਾਂ ਹੋਣੀਆਂ, ਬਜ਼ੁਰਗਾਂ ਦੀਆਂ ਵੀ ਆ, ਵੀਲ ਚੇਅਰ ਰੇਸ ਵੀ ਆ, ਏਬਲ ਬੱਚੇ ਵੀ ਆ ਤੇ ਡਿਸੇਬਲ ਬੱਚਿਆਂ ਦੀ ਵੀ ਰੇਸਾਂ ਹੋਣੀਆਂ। ਇੱਥੇ ਰੱਸਾਕਸੀ ਦੇ ਮੁਕਾਬਲੇ ਹੋਣੇ ਆ, ਲੌਂਗ ਜੰਪ, ਹਾਈ ਜੰਪ ਦੇ ਮੁਕਾਬਲੇ ਹੋਣੇ ਆ, ਰਿਲੇਅ ਦੌੜ ਹੋਣੀ ਆ, ਛੋਟੀਆਂ ਦੌੜਾਂ, ਵੱਡੀਆਂ। ਕਿੰਨੇ ਕਿਲੋਮੀਟਰ ਦੀ ਵੀ ਹੈ ਜੀ? 5 ਕਿਲੋਮੀਟਰ ਦੀ ਵੀ ਆ, ਹਨਾ। ਅਲੱਗ ਅਲੱਗ ਤਰ੍ਹਾਂ ਦੇ ਸਾਰੇ ਇਵੈਂਟ ਨੇ, ਤੁਸੀਂ ਆ ਕੇ ਜ਼ਰੂਰ ਸਾਨੂੰ ਸਪੋਰਟ ਕਰੋ, ਆ ਕੇ ਸਾਡੇ ਬੱਚਿਆਂ ਨੂੰ ਚੀਅਰਸ ਕਰੋ, ਇਹਨਾਂ ਨੂੰ ਐਪਰੀਸ਼ੀਏਟ ਕਰੀਏ ਆਪਾਂ, ਤਾਂ ਜੋ ਹੋਰ ਅੱਗੇ ਵੱਧ ਸਕਣ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੋਰ ਜੀ ਗੁਰਵਿੰਦਰ ਜੀ, ਚੱਲ ਰਹੀ ਹੈ ਤਿਆਰੀ? ਗੁਰਵਿੰਦਰ ਜੀ ਸਾਰਾ ਟੈਂਟ ਟੁੰਟ ਇਹਨਾਂ ਦਾ ਹੀ ਹੈ ਜੀ, ਗੁਰਵਿੰਦਰ ਜੀ ਦਾ ਹੀ। ਠੀਕ ਹੈ ਜੀ।